ਤਾਂ ਇਹ ਇੱਕ ਲਿੰਕ ਰੋਡ ਹੈ। ਹਾਲਾਂਕਿ ਇੱਥੇ ਅੱਗੇ ਵੱਡੇ ਵੱਡੇ ਗਾਰਡਰ ਲੱਗੇ ਹੋਏ ਨੇ ਤਾਂ ਵੱਡੀਆਂ ਗੱਡੀਆਂ ਇੱਥੋਂ ਨਹੀਂ ਜਾ ਸਕਦੀਆਂ, ਟੂ ਵੀਲਰ ਜਿਹੜੇ ਨੇ ਉਹ ਜਾ ਸਕਦੇ ਨੇ, ਪਰ ਸਿੱਧੇ ਤੌਰ ਤੇ ਲੋਕ ਪਰੇਸ਼ਾਨ ਇਸ ਵੇਲੇ ਖਾਸੇ ਨਜ਼ਰ ਆ ਰਹੇ ਨੇ। ਭਾਈ ਸਾਹਿਬ ਦੇ ਨਾਲ ਗੱਲ ਕਰਦੇ ਹਾਂ, ਕਿੱਧਰ ਜਾਣਾ ਸੀ ਭਾਜੀ, ਕਿੰਨੀ ਕੁ ਦੇਰ ਦੇ ਦੀਨਾ ਨਗਰ ਜਾਣਾ ਜੀ? ਹਾਂਜੀ, ਹੋ ਗਏ 5-10 ਮਿੰਟ ਹੋ ਗਏ ਖੋਤੇ ਦੇ। ਹੁਣ ਕੋਈ ਰਸਤਾ ਦੱਸਿਆ ਕਿਤੇ ਨਹੀਂ, ਸਾਨੂੰ ਪਤਾ ਨਹੀਂ ਦੱਸਿਆ ਕਿੱਧਰ ਨੂੰ ਜਾਣਾ ਜੀ, ਮੇਰਾ ਰਸਤਾ ਇਹੀ ਹੈਗਾ ਹਰ ਵੇ। ਇਹ ਹਾਲਾਤ ਨੇ, ਹਰ ਕੋਈ ਪਰੇਸ਼ਾਨ ਨਜ਼ਰ ਆ ਰਿਹਾ। ਆਂਟੀ ਕਿੱਥੋਂ ਆ ਰਹੇ ਹੋ ਤੁਰ ਕੇ, ਕਿੱਧਰ ਜਾਣਾ? ਜੰਮੂ ਦਾ ਆਇਆ, ਗੁਰਦਾਸਪੁਰ ਜਾਣਾ। ਕਿੱਧਰ ਜਾਣਾ? ਭੱਠੀਆਂ, ਭੱਠੀਆਂ। ਅਗਲੇ ਪਾਸੇ ਪਤਾ ਕੋਈ ਗੱਡੀ ਬੱਸ ਕੁਛ ਨਹੀਂ ਚੱਲਦਾ ਤਾਂ ਲੋਕ ਪਰੇਸ਼ਾਨ ਨੇ, ਪਰ ਪੁਲਿਸ ਵੱਲੋਂ ਇਹ ਜ਼ਰੂਰ ਕਿਹਾ ਜਾ ਰਿਹਾ ਕਿ ਇਸ ਰਸਤੇ ਤੋਂ ਲੋਕ ਜਾ ਸਕਦੇ ਨੇ, ਪਰ ਇਹਨਾਂ ਲੋਕਾਂ ਨੂੰ ਅੱਗੇ ਆਪਣੀ ਮੰਜ਼ਿਲ ਤੱਕ ਪਹੁੰਚਣ ਦੇ ਲਈ ਫਿਲਹਾਲ ਕੋਈ ਰਾਹ ਨਜ਼ਰ ਨਹੀਂ ਆ ਰਿਹਾ। ਤਾਂ ਇਹ ਹਾਲਾਤ ਨੇ ਇਸ ਵੇਲੇ ਗੁਰਦਾਸਪੁਰ ਦੇ ਵਿੱਚ। ਸ਼੍ਰੀ ਹਰਗੋਬਿੰਦਪੁਰ ਤੋਂ ਟਾਂਡੇ ਵਾਲੇ ਪਾਸੇ ਜਿਹੜੀ ਸੜਕ ਜਾਂਦੀ ਹੈ, ਵੱਡੀ ਗਿਣਤੀ ਦੇ ਵਿੱਚ ਅਸੀਂ ਦਿਖਾਇਆ ਕਿ ਮਹਿਲਾਵਾਂ ਜਿਹੜੀਆਂ ਨੇ ਉਹ ਜਿਹੜੀਆਂ ਕਿ ਬੱਸਾਂ ਦੇ ਵਿੱਚ ਉਹਨਾਂ ਨੇ ਅੱਗੇ ਜਾਣਾ ਸੀ, ਪਰ ਬੱਸਾਂ ਨੂੰ ਪਿੱਛੇ ਹੀ ਰੋਕ ਦਿੱਤਾ ਗਿਆ ਹੈ। ਤਾਂ ਇਹ ਇੱਕ ਨਹਿਰ ਹੈ, ਨਹਿਰ ਦੇ ਉੱਤੇ ਜਿਹੜਾ ਪੁਲ ਬਣਿਆ ਉਹੀ ਇਹਨਾਂ ਜ਼ਿਲ੍ਹਿਆਂ ਨੂੰ ਆਪਸ ਦੇ ਵਿੱਚ ਜੋੜਦਾ, ਪਰ ਉਸ ਥਾਂ ਦੇ ਉੱਤੇ ਠੀਕ, ਕਿਉਂਕਿ ਇੱਥੇ ਕੋਈ ਹੋਰ ਬਦਲ ਵੀ ਨਹੀਂ ਹੈ। ਜੇਕਰ ਕਿਸੇ ਨੇ ਦੂਸਰੇ ਰਸਤੇ ਤੋਂ ਜਾਣਾ ਤਾਂ ਉਸਨੂੰ ਕਈ ਅਸੀਂ ਕਹਿ ਸਕਦੇ ਕਿ ਕਈ ਕਿਲੋਮੀਟਰ ਜਿਹੜੇ ਨੇ ਉਹ ਵੱਧ ਜਾ ਕੇ ਉਹ ਆਪਣੀ ਮੰਜ਼ਿਲ ਤੇ ਪਹੁੰਚ ਸਕਦੇ ਨੇ, ਔਰ ਹੋ ਸਕਦਾ ਕਿ ਜੇਕਰ ਉਸ ਰਸਤੇ ਤੇ ਵੀ ਕਿਸਾਨ ਬੈਠੇ। ਰਾਜੀਵ, ਜੇਕਰ ਕਨਵਰਸੇਸ਼ਨ ਸੁਣਾ ਸਕੋ, ਜਿਹੜੀ ਪੁਲਿਸ ਦੇ ਨਾਲ ਲੋਕ ਗੱਲਬਾਤ ਕਰਦੇ ਨੇ, ਜਿਹੜੀ ਉਹਨਾਂ ਨੂੰ ਮੁਸ਼ਕਿਲ ਆ ਰਹੀ ਹੈ, ਜੇਕਰ ਉਹ ਗੱਲਬਾਤ ਕੋਈ ਸੁਣਾਉਣ ਦੀ ਕੋਸ਼ਿਸ਼ ਹੋ ਸਕੇ, ਕਿਉਂਕਿ ਜਿਸ ਢੰਗ ਦੇ ਨਾਲ ਅਸੀਂ ਦੇਖ ਰਹੇ ਹਾਂ ਵਿਦਿਆਰਥਣਾਂ ਨੇ ਇੱਥੇ ਉਹਨਾਂ ਨੇ ਅੱਗੇ ਜਾਣ ਦੀ ਕੋਸ਼ਿਸ਼ ਕਰ ਰਹੇ ਨੇ, ਪੁਲਿਸ ਵਾਲੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿ ਸਾਨੂੰ ਅੱਗੇ ਜਾਣ ਦਿਓ, ਪੁਲਿਸ ਮੋੜ ਵੀ ਰਹੀ ਹੈ, ਕਿਉਂਕਿ ਕਈ ਵਾਰ ਇਹ ਵੀ ਹੁੰਦਾ ਪੁਲਿਸ ਦਾ ਕਿ ਟਕਰਾਅ ਨਾ ਹੋਵੇ ਕਿਸੇ ਵੀ ਤਰ੍ਹਾਂ ਦੇ ਨਾਲ ਜਿਹੜੇ ਆਮ ਸ਼ਹਿਰੀ ਨੇ, ਆਮ ਨਾਗਰਿਕ ਨੇ। ਦੂਜੇ ਪਾਸੇ ਧਰਨਾਕਾਰੀ, ਕਿਉਂਕਿ ਉਹਨਾਂ ਦੇ ਵੱਲੋਂ ਹੁੰਦਾ ਕਿ ਅਸੀਂ ਆਪਣਾ ਧਰਨਾ ਕਾਮਯਾਬ ਕਰਨਾ। ਕਿੱਧਰ ਨੂੰ ਜਾਣਾ ਸੀ, ਕੀ ਪਰੇਸ਼ਾਨੀ? ਗੁਰਦਾਸਪੁਰ ਹੁਣ ਜਾ, ਕਿੱਥੋਂ ਜਾਵਾਂਗੇ ਸਾਨੂੰ ਰਸਤੇ ਦਾ ਹੀ ਨਹੀਂ ਪਤਾ ਹੈਗਾ। ਪਰੇਸ਼ਾਨੀ ਜਿਹੜੀ ਆ ਸਾਫ ਤੌਰ ਤੇ ਝਲਕਦੀ ਹੋਈ ਨਜ਼ਰ ਆ ਰਹੀ। ਹਾਲਾਂਕਿ ਕਿਸਾਨ ਆਗੂ ਵੱਲੋਂ ਕਿਹਾ ਗਿਆ ਸੀ ਕਿ ਜੇਕਰ ਕੋਈ ਸਕੂਲ ਤੋਂ ਆ ਰਿਹਾ, ਕਿਸੇ ਦਾ ਪੇਪਰ ਹੈ ਜਾਂ ਕੋਈ ਵਿਆਹ ਵਾਲੀ ਗੱਡੀ ਹੈ ਤਾਂ ਉਹਨਾਂ ਨੂੰ ਨਹੀਂ ਰੋਕਿਆ ਜਾਏਗਾ, ਪਰ ਇਹ ਲੋਕ ਇੱਥੇ ਪਰੇਸ਼ਾਨ ਹੁੰਦੇ ਹੋਏ ਨਜ਼ਰ ਆ ਰਹੇ ਨੇ। ਜਿਸ ਤਰ੍ਹਾਂ ਮੈਂ ਪਹਿਲਾਂ ਵੀ ਜ਼ਿਕਰ ਕਰ ਰਿਹਾ ਸੀ ਕਿ ਮਹਿਲਾਵਾਂ ਜਿਹੜੀਆਂ ਨੇ, ਕਿਉਂਕਿ ਸ਼ਨੀਵਾਰ ਦਾ ਦਿਨ ਹੈ ਔਰ ਬਹੁਤ ਸਾਰੇ ਲੋਕ ਜਿਹੜੇ ਨੇ ਸ਼ਨੀਵਾਰ ਦੇ ਦਿਨ ਬੱਚਿਆਂ ਦੇ ਨਾਲ ਆਪਣੇ ਆਪਣੇ ਰਿਸ਼ਤੇਦਾਰਾਂ ਦੇ ਘਰ ਜਾਣਾ ਹੁੰਦਾ ਹੈ ਬੱਸਾਂ ਦੇ ਵਿੱਚ, ਪਰ ਇੱਥੇ ਤੁਸੀਂ ਦੇਖੋ ਇੱਕ ਹੋਰ ਪਰਿਵਾਰ ਹੈ ਤਾਂ ਇਹ ਪਰੇਸ਼ਾਨ ਹੁੰਦੇ ਹੋਏ ਨਜ਼ਰ ਆ ਰਹੇ ਨੇ ਸਾਰੇ ਲੋਕ। ਤੁਸੀਂ ਭਾਵੇਂ ਕਿਸੇ ਨੇ ਟੂ ਵੀਲਰ 'ਤੇ ਜਾਣਾ ਸੀ ਜਾਂ ਫਿਰ ਬੱਸ ਦੇ ਜ਼ਰੀਏ ਕੋਈ ਮਿਹਨਤ ਮਜ਼ਦੂਰੀ ਕਰਨ ਦੇ ਲਈ ਕਿਤੇ ਆ ਜਾ ਰਿਹਾ, ਤਾਂ ਸਾਰੇ ਲੋਕ ਇਸ ਵੇਲੇ ਕਿਸਾਨਾਂ ਦੇ ਇਸ ਧਰਨੇ ਦੇ ਚੱਲਦੇ। ਰਾਜੀਵ, ਅਸੀਂ ਤੁਹਾਡੇ ਕੋਲ ਦੁਬਾਰਾ ਆਵਾਂਗੇ, ਤੁਸੀਂ ਬਣੇ ਰਹੋ ਸਾਡੇ ਨਾਲ। ਤੁਸੀਂ ਜਿਹੜੀ ਗੱਲਬਾਤ ਹੈ ਉਹ ਜ਼ਿਆਦਾ ਕਰਨ ਦੀ ਕੋਸ਼ਿਸ਼ ਕਰਦੇ ਹਾਂ ਅਸੀਂ, ਜਿਹੜੇ ਲੋਕ ਨੇ ਜਿਹਨਾਂ ਨੂੰ ਮੁੜਨਾ ਪੈ ਰਿਹਾ ਹੈ, ਜਿਹਨਾਂ ਨੂੰ ਕਈ ਕਈ ਘੰਟੇ ਦਾ ਇੰਤਜ਼ਾਰ ਕਰਨਾ ਪੈ ਰਿਹਾ ਹੈ, ਜਿਹੜੇ ਕਈ ਕਿਲੋਮੀਟਰ ਡਾਈਵਰਟ ਹੋ ਕੇ ਜਾਣਾ ਪੈ ਰਿਹਾ, ਤੁਸੀਂ ਇੱਕ ਵਾਰ ਉਹਨਾਂ ਕੋਲ ਪਹੁੰਚੋ। ਇਸ ਵੇਲੇ ਮੈਂ ਫਗਵਾੜਾ ਦਾ ਰੁੱਖ ਕਰਦਾ, ਰਾਘਵ ਜੈਨ, ਜਿਹੜੇ ਫਗਵਾੜਾ ਤੋਂ ਪਹਿਲਾਂ ਹੀ ਜਿਹੜਾ ਹਾਈਵੇ ਆ ਉਸ 'ਤੇ ਬਹੁਤ ਲੰਮਾ ਜਾਮ ਲੱਗਿਆ ਹੋਇਆ, ਡਾਈਵਰਟ ਕੀਤਾ ਹੋਇਆ ਰੂਟ, ਇਸ ਦੇ ਬਾਵਜੂਦ ਲੋਕ ਘੰਟਿਆਂ ਬੱਧੀ ਇੰਤਜ਼ਾਰ ਕਰ ਰਹੇ ਨੇ, ਲਾਈਨਾਂ ਲੱਗ ਗਈਆਂ ਨੇ। ਰਾਘਵ, ਸਥਿਤੀ ਕੀ ਹੈ? ਦੇਖੋ, ਸਥਿਤੀ ਉਹੀ ਹੈ ਕਿ ਹੋਰ ਲੰਬੀ ਲਾਈਨ ਹੋ ਚੁੱਕੀ ਹੋਈ ਹੈ। ਪਹਿਲਾਂ ਬਾਦਕੈਸਟਰ ਤੱਕ ਜਿਹੜੀ ਲਾਈਨ ਸੀਗੀ ਉਹ ਹੋਰ ਵੱਡੀ ਹੋ ਚੁੱਕੀ ਹੈ। ਤਸਵੀਰਾਂ ਤੁਹਾਨੂੰ ਦਿਖਾ ਰਿਹਾ ਮੈਂ ਕਿ ਲੰਬੀ ਲਾਈਨ ਜਿਹੜੀ ਕਿ ਬਹੁਤ ਹੋ ਚੁੱਕੀ ਹੋਈ ਹੈ, ਕਿਉਂਕਿ ਗੱਡੀਆਂ ਜਿਹੜੀ ਕਿ ਜ਼ਿਆਦਾ ਨਹੀਂ ਮੁੜ ਪਾਉਣੀ, ਇੱਕਾ ਦੁੱਕਾ ਗੱਡੀਆਂ ਮੁੜਦੀ। ਅੱਜ ਕਿੱਥੋਂ ਆ ਰਹੇ ਹੋ, ਕਿੱਥੇ ਜਾਣਾ? ਅਸੀਂ ਤਰਨ ਤਾਰਨ ਤੋਂ ਆ ਰਹੇ ਹਾਂ। ਅੱਛਾ, ਅਤੇ ਧਰਨੇ ਹੀ ਸ਼ਾਮਿਲ ਹੋਣ ਜਾ ਰਹੇ ਹਾਂ। ਅੱਛਾ ਭਾਜੀ, ਪਰ ਕਿਸ ਤਰ੍ਹਾਂ ਚੀਜ਼ ਨੂੰ ਦੇਖਦੇ ਪਏ ਹੋ ਕਿ ਜਿਹੜੇ ਆਮ ਲੋਕਾਂ ਨੂੰ ਜ਼ਿਆਦਾ ਦਿੱਕਤ ਹੋ ਰਹੀ ਹੈ ਕਿਸ ਚੀਜ਼ ਦੇ ਵਿੱਚ? ਕਿਉਂਕਿ ਇਹ ਸਰਕਾਰ ਨਾਲ, ਚਲੋ ਹੋ ਸਕਦਾ ਕੋਈ ਹੋ ਸਕਦਾ, ਪਰ ਇਹ ਜਿਹੜੇ ਆਮ ਲੋਕ, ਇਹਨਾਂ ਦਾ ਵਿਚਾਰਿਆਂ ਦਾ ਕੀ ਕਸੂਰ ਹੈ? ਇਹ ਸਰਕਾਰਾਂ ਜ਼ਿੰਮੇਵਾਰ ਹੈ ਜੀ ਇਹਦੇ ਲਈ, ਪੂਰੀਆਂ ਸਰਾਸਰ ਸਰਕਾਰਾਂ ਜ਼ਿੰਮੇਵਾਰ ਹੈ। ਸਰਕਾਰਾਂ ਕਿਸਾਨਾਂ ਦੀਆਂ ਫੈਸਲੇ ਮੰਨਣ, ਗੱਲਾਂ ਮੰਨਣ, ਕਿਸਾਨ ਮੰਡੀਆਂ 'ਚ ਰੋਲਦਾ ਆ, ਕੋਈ ਇਹਨਾਂ ਦਾ ਹੱਲ ਨਹੀਂ ਆ। ਲਾਈਨ ਹੈ ਉਹ ਦੂਰੋਂ ਦਿਖਾਈ ਜਾ ਸਕੇ, ਇੱਕ ਵਾਰ ਅਸੀਂ ਹਾਲਾਤ ਜਿਹੜੇ ਨੇ ਦਿਖਾ ਦਈਏ, ਕਿਉਂਕਿ ਇਹ ਤਸਵੀਰਾਂ ਲੋਕਾਂ ਤੱਕ ਵੀ ਪਹੁੰਚ ਰਹੀਆਂ ਨੇ, ਇਹ ਤਸਵੀਰਾਂ ਸਰਕਾਰ ਤੱਕ ਵੀ ਪਹੁੰਚ ਰਹੀਆਂ ਨੇ। ਇੱਕ ਵਾਰ ਦੂਰੋਂ ਦਿਖਾਉਣ ਦੀ ਕੋਸ਼ਿਸ਼ ਕਰੀਏ ਕਿ ਕਿੰਨੀ ਲੰਬੀ ਇਸ ਵੇਲੇ ਲਾਈਨ ਜਿਹੜੀ ਆ ਉਹ ਲੱਗੀ ਹੋਈ ਹੈ।
बिल्कुल मैं दूजे पासे जाके जिहड़ा तुहानू दूजे एंगल तो दिखाना कि हालात की बन चुके हुए ने। मैं क्योंकि दूजी साइड खाली है, मैं उत्थों दी दूरों एक फ्रेम तो तुहानू दिखाना चाहूँगा कि हालात की बने हुए ने। दूर तक जिथे इत्थे मैं पिछे पिछे जाऊँगा उन्ना लंबा जिहड़ा कि जाम लग चुका होया, एक बहुत वड्डा जाम हो चुका है। जिथे इत्थे कैमरे की निगाह जा रही है उत्थे तक गड्डियां ही गड्डियां नज़र आ रही है। हालात ये बन चुके हुए ने क्योंकि जो मैं आया से उदो इन्नियां गड्डियां नहीं खड़ी सी, पर जिते जिते समा बीती जा रहा वह गड्डी मगर गड्डी जिहड़ी कि लगती जा रही है, जो वड्डियां गड्डियां ऐड हो जांदियां है होर वड्डा जाम हो जांदा है क्योंकि डिवर्शन जिथे की गई है उत्थे जो वड्डी गड्डी कोई निकलनी है कि अपना पूरा एक समा लैंदी है ते इन्नी देर च कह सकते कि होर गड्डी वड्डी पिछे आके खड़ी हो जांदी है ते गड्डियां कढ़नियां औखियां होईयां पईयां क्योंकि ये मुख मार्ग हैगा वह ते इत्थों आम तौर ते त्यौहार दा टाइम है, गड्डियां वड्डे नंबर च इत्थे गड्डियां जांदे आ, होर समान कई जिहड़े कश्मीर तों समान आना वै या फिर अमृतसर तो जरा समान जाना है वो सारिया चीज़ा इस थान तो जानिया तो तुम देख सकते हो आ वड्डा जाम जरा कि लग चुका होया वै उस डिवर्शन के कोल लोग बड़े परेशान होंगे पे है क्योंकि उस तो बाद जो तुम पिंडा वाल गड्डी मोड़नी है थोनू उ भी दिक्कत आनी है, जो तुम उतो गलिया पुछ पुछ के जाना हैगा वै थोड़े मगर गड्डिया लगिया होनी है, उस तो बाद पिंड वाले भी दिक्कत होनी है तो जो फगवाड़ा शहर है उन्होंने भी जी की दिक्कत का जरा कि सामना करना पैना। बिल्कुल बिल्कुल रग बने रहो, तस्वीर दिखाते रहो। तो दस दिए कि किसानों के वालों अणमिथे समय लिए धरना ला दिता गया, पक्का मोर्चा ला दिता गया पंजाब भर के चार थावां दे उत्ते, ते लोग परेशान जरूर ने पर दूजे पासे किसानों का कहना है कि वह भी मजबूरी दे विच ने क्योंकि उन्होंने वालों जो पुत्तां वांगू पाली फसल है 26 दिन हो गए ने पूरी खरीद नहीं हो रही, जिहड़े तीन तीन चार चार पाँच पाँच महीने तो फसल नूं पाल रहे सीगे 24 घंटे निगरानी कर रहे सी, रातां जाग के उन्होंने कट्टियां ते हुण फसल विक नहीं रही, खरीद हो नहीं रही ते किवें उन्हां दे परिवार पालेगा वो किसान, एक गरीब किसान की भी गल जिहड़ी है वह भी ध्यान च रखनी पवेगी। पर की इस धरने दे नाल इस जो जाम है इस दे नाल असर होएगा कि इस दे नाल खरीद शुरू हो जाएगी क्योंकि दिक्कत जिहड़ी है ये आम लोगों को हो रही है इस वेले, इस दे नाल बहुत वड्डा नुकसान जिहड़ा है वह हुंदा है, चाहे वह अर्थचारे की गल होवे इकोनमी की गल होवे जां जदों कारोबारी जिहड़े देखते ने व्यापारी देखते ने कि हालात की ने स्टेट दे, तां जदों धरनियां दीआं ही खबरां जाणगीआं धरने ही होणगे पंजाब दे विच फिर जिहड़े वड्डे व्यापारी ने वड्डे कारोबारी ने वो कई बार स्टेट का रुख नहीं करते, तो यह सारिया चीज़ां ने। पर दूजे पासे किसानां दा भी तर्क है कि जिहड़ा अर्थचारा है पंजाब दा, जिहड़ी 44,000 करोड़ रुपया पंजाब दे किसानां कोल जाणा सी उसने ही बाजार दे विच वापस आना, उही सर्कल है ते उह सर्कल जिहड़ा तां ही घूमेगा जे किसानां कोल पैसा जाएगा। ता दो पक्ष ने इस तस्वीर दे, एक पासे लोग ने लखां लोग अज प्रभावित होणगे इस दे नाल पर दूजे पासे पंजाब दे लखां किसान भी ने जिहड़ा क्योंकि खेती प्रधान सूबा पंजाब अते अर्थचारा जिहड़ा पंजाब दे इकोनमी है जिहड़ी पंजाब दी उह एग्रीकल्चर दे नाल ही चलदी है ते लोग परेशान ने ते की हालात पंजाब दे ने इस वेले उह तुहानूं दिखाउण दी कोशिश कर रहे हैं। सठियाली पुल गुरदासपुर तो तस्वीर लाइव ने, फगवाड़ा तो साढ़े सहयोगी राघव जैन जुड़े हुए हैं, हुण मोगा का भी रुख करदे आ दीपक सिंगला मेरे सहयोगी ने ते राजीव भी सठियाली पुल ते मौजूद ने। राजीव जदों तुसी गलबात करोगे तो जरूर कोशिश करो गलबात सुनाउण दी, इस वेले दीपक सिंगला जी धरना लगा हुआ है, एक बस खड़ी है PRTC की बस है जिड़ी कि चंडीगढ़ जाना चाहती है लेकिन इतने खड़ी है अंदर सवारियां जिड़ियां वो बैठिया ने, हालांकि परेशानी बहुत आ रही है, बुजुर्ग काफी बोल रहे थे बुजुर्ग की दिक्कत आ रही है, तुसी बस च आए हो कितों आए हो? तो हड़ताल तलवंडी तो आए हैं, हुण ड्राइवर नूं दसी जांदे आ भी इधर दी रोड आ इधर दी रोड आ ते इह मेरे नाल जदन लग पिया लाच। तुसी कीड़ी जगह जाना? अहीं मोगे। ये बस किन्नी देर हो गई खड़ी हुई? इत्थे अद्धा घंटा हो गया। किन्नी सवारियां बैठियां? आ देख लो भरी जा। बिल्कुल रणबीर, बस के अंदर जाके भी सवारियां नाल गल करांगे कि किन्नी कि परेशानी आ रही है और ड्राइवर नाल भी गल कर लैने हैं, हालांकि रूट कई जगह तो डाइवर्शन किए हुए हैं वीर, तुहाडे नाल गल करांगे, बहस भी रही सी सवारियां किन्नी कि परेशानी आ रही है जो इस तरह धरना हुंदा है? भाई नाल गल करो भरा, भाई तुसी दसो तुसी इस बस दे विच हो की बस दे विच सवारी हो या की हो? कंडक्टर हो। तुसी दसो बस इत्थे किन्नी देर तो खड़ी है, कित्थे जा रही सी और कोई रूट डाइवर्शन दिता होया उत्थे दी? लुधियाणा जा रही ते रूट इधर रस्ते कच्चे है जी, कारा बहुत नीवे बस निकल नहीं रही किसी पास, इस पर दिक्कत बहुत हो रही है जी। किनिया सवारियां लैके आए हो, कितों लैके आए? अभी फरीदकोट तो लैके आए लगभग 50 सवारियां जी। ते पता सीगा कि अगे 1 बजे तो जाम है?
ਨਹੀਂ ਪਤਾ ਨਹੀਂ ਸੀ ਹੁਣ ਤੁਸੀਂ ਬੱਸ ਜਿਹੜੀ ਇੱਥੇ ਖੜੀ ਕਰਤੀ ਹੈ ਸਵਾਰੀਆਂ ਅੰਦਰ ਬੈਠੀਆਂ ਹਰ ਕਿਸੇ ਨੇ ਆਪਣੀ ਮੰਜ਼ਿਲ ਤੇ ਜਾਣਾ ਡਾਈਵਰਸ਼ਨ ਦੇ ਥਰੂ ਕਿਉਂ ਨਹੀਂ ਜਾ ਰਹੇ ਇੱਥੇ ਕਿੰਨੀ ਦੇਰ ਖੜੇ ਰਹੋਗੇ ਕਿਉਂਕਿ ਇਹ ਤਾਂ ਅਨਮਿੱਥੇ ਲਈ ਹੜਤਾਲ ਹੈ ਦੇਖਦੇ ਹਾਂ ਪੁੱਛਦੇ ਰਸਤਾ ਪਤਾ ਕਰ ਰਹੇ ਹਾਂ ਫਿਰ ਜਾਂਦੇ ਹਾਂ ਇਸ ਕਿਸੇ ਪਾਸੇ ਪਿੱਛੋਂ ਡਾਈਵਰਸ਼ਨ ਕਿਸੇ ਨੇ ਨਹੀਂ ਦਿੱਤੀ ਤੇ ਪਿੱਛੋਂ ਸਾਨੂੰ ਪਿੰਡ 'ਚ ਮੋੜਿਆ ਸੀ ਪਰ ਅੱਗੋਂ ਰਸਤਾ ਸਹੀ ਨਹੀਂ ਸੀ ਫਿਰ ਸਾਨੂੰ ਇੱਧਰ ਆਉਣਾ ਪਿਆ ਬੱਸ ਜਾਣ ਯੋਗ ਰਸਤਾ ਹੈ ਨਹੀਂ ਸੀ ਤੁਸੀਂ ਜਾਣਾ ਲੁਧਿਆਣੇ ਹਾਂਜੀ ਕਿੰਨੀ ਸਮੱਸਿਆ ਕਿੰਨੀ ਆ ਰਹੀ ਹੈ ਸਮੱਸਿਆ ਬਹੁਤ ਆ ਰਹੀ ਹੈ ਸਵਾਰੀਆਂ ਵੀ ਗੁੱਸਾ ਹੁੰਦੀਆਂ ਬਿਲਕੁਲ ਹੁੰਦੀਆਂ ਜੀ ਉਹਨਾਂ ਨੇ ਪਹੁੰਚਣਾ ਜੀ ਟਿਕਟ ਕਟਾ ਕੇ ਬੈਠੇ ਉਹਨਾਂ ਨੇ ਪਹੁੰਚਣਾ ਸਾਡੀ ਵੀ ਜ਼ਿੰਮੇਵਾਰੀ ਉਹਨੂੰ ਛੁੱਪ ਜਾਣਾ ਇਸ ਕਰਕੇ ਸਮੱਸਿਆ ਬਹੁਤ ਆ ਰਹੀ ਬਿਲਕੁਲ ਰਣਬੀਰ ਇਹ ਕੰਡਕਟਰ ਨੇ ਬੱਸ ਦੇ ਇਹਨਾਂ ਨੂੰ ਵੀ ਬਹੁਤ ਸਮੱਸਿਆ ਆ ਰਹੀ ਹੈ ਕਿਉਂਕਿ ਸਵਾਰੀਆਂ ਅਲੱਗ ਇਹਨਾਂ ਨਾਲ ਲੜਦੀਆਂ ਕਿਉਂਕਿ ਜਦੋਂ ਸਵਾਰੀਆਂ ਬੱਸ 'ਚ ਬਹਿ ਜਾਂਦੀਆਂ ਤਾਂ ਉਹਨਾਂ ਨੇ ਆਪਦੀ ਮੰਜ਼ਿਲ ਤੇ ਪਹੁੰਚਣਾ ਬਿਲਕੁਲ ਦੀਪਕ ਤਸਵੀਰ ਅਸੀਂ ਮੋਗਾ ਦੀ ਦਿਖਾਈ ਹੈ ਫਿਲਹਾਲ ਬਣੇ ਰਹੋ ਇਸ ਵੇਲੇ ਸਰਵਣ ਸਿੰਘ ਪੰਧੇਰ ਸਾਡੇ ਨਾਲ ਨੇ ਜਿਨ੍ਹਾਂ ਦੇ ਵੱਲੋਂ ਇਹ ਕਾਲ ਦਿੱਤੀ ਗਈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਨੇ ਪੰਧੇਰ ਸਾਹਿਬ ਸਵਾਗਤ ਹੈ ਤੁਹਾਡਾ ਨਿਊਜ਼ 18 ਤੇ ਅਸੀਂ ਲਾਈਵ ਕਵਰੇਜ ਦਿਖਾ ਰਹੇ ਹਾਂ ਵੱਖ ਵੱਖ ਥਾਵਾਂ ਦੀ ਜਿੱਥੇ ਜਿੱਥੇ ਤੁਹਾਡੀ ਜਥੇਬੰਦੀ ਦੇ ਵੱਲੋਂ ਇਹ ਜਾਮ ਕੀਤਾ ਗਿਆ ਚਾਹੇ ਉਹ ਗੁਰਦਾਸਪੁਰ ਤੋਂ ਸਠਿਆਲੀ ਪੁਲ ਹੈ ਗੁਰਦਾਸਪੁਰ ਟਾਂਡਾ ਹਾਈਵੇ ਹੈ ਚਾਹੇ ਉਹ ਮੋਗਾ ਦਾ ਡਗਰੂ ਹੈ ਗੁਰਦਾਸਪੁਰ ਦੇ ਨਾਲ ਨਾਲ ਬਟਾਲਾ ਰੇਲਵੇ ਸਟੇਸ਼ਨ ਵੀ ਤੁਸੀਂ ਬੈਠੇ ਹੋ ਮੋਗਾ ਫਿਰੋਜ਼ਪੁਰ ਹਾਈਵੇ 'ਤੇ ਵੀ ਹੈ ਸੰਗਰੂਰ ਬਠਿੰਡਾ 'ਤੇ ਵੀ ਹੈ ਅੰਮ੍ਰਿਤਸਰ ਦਿੱਲੀ ਨੈਸ਼ਨਲ ਹਾਈਵੇ 'ਤੇ ਵੀ ਫਗਵਾੜਾ 'ਚ ਦੇਖੋ ਪਰੇਸ਼ਾਨੀ ਤਾਂ ਲੋਕਾਂ ਨੂੰ ਬਹੁਤ ਜ਼ਿਆਦਾ ਹੋ ਰਹੀ ਹੈ ਜਿਹੜੇ ਲੋਕ ਕਹਿ ਰਹੇ ਨੇ ਕਿ ਸਾਨੂੰ ਤੁਰਨਾ ਪੈ ਰਿਹਾ ਉਸ ਦੇ ਵਿੱਚ ਬੱਚੇ ਵੀ ਨੇ ਉਸ ਦੇ ਵਿੱਚ ਬਜ਼ੁਰਗ ਵੀ ਨੇ ਉਸ ਦੇ ਵਿੱਚ ਔਰਤਾਂ ਵੀ ਨੇ ਉਸ ਦੇ ਵਿੱਚ ਵਿਦਿਆਰਥੀ ਵੀ ਨੇ ਪਹਿਲਾਂ ਤਾਂ ਤੁਹਾਡਾ ਇਸ 'ਤੇ ਰਿਐਕਸ਼ਨ ਜਾਣਨਾ ਚਾਹਾਂਗੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਅੱਜ ਪਰੇਸ਼ਾਨ ਹੋ ਰਹੇ ਹਾਂ ਦੇਖੋ ਅਸੀਂ ਸਮਝਦੇ ਹਾਂ ਵੀ ਜਦੋਂ ਵੀ ਕੋਈ ਜਾਮ ਲੱਗੂਗਾ ਉਦੋਂ ਲੋਕਾਂ ਨੂੰ ਸਮੱਸਿਆ ਤਾਂ ਆਉਣੀ ਜੀ ਲੋਕ ਵੀ ਸਾਡੇ ਹੀ ਨੇ ਜੀ ਉਹ ਬਗਾਨੇ ਨਹੀਂ ਹੈ ਦੇਖੋ ਗੱਲ ਤਾਂ ਇਹ ਹੈ ਵੀ ਇਹ ਕੋਈ ਕਿਸਾਨਾਂ ਦਾ ਇੰਡੀਵਿਜੁਅਲ ਪ੍ਰੋਬਲਮਸ ਨਾ ਸਮਝਿਆ ਜਾਵੇ ਇਹ ਪੰਜਾਬ ਦੀ ਆਰਥਿਕਤਾ ਪੰਜਾਬ ਦੀ ਇਕੋਨਮੀ ਦਾ ਸਵਾਲ ਆ ਠੀਕ ਹੈ ਜਿਹਦੇ ਨਾਲ ਜਿੰਨੇ ਵੀ ਦੁਕਾਨਦਾਰੀ ਤੇ ਲੱਗੂ ਦਿਓ ਗਿਆ ਜਾਂ ਵਪਾਰੀ ਆ ਖਪਤਕਾਰ ਜੇ ਉਹਦੇ ਕੋਲੋਂ ਪੈਸਾ ਨਾ ਹੋਇਆ ਤੇ ਉਹਦਾ ਕੰਮ ਨਹੀਂ ਚੱਲਣਾ ਇਸ ਕਰਕੇ ਅਸੀਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਮੰਤਰੀਆਂ ਦੇ ਘਰਾਂ ਘੜੀ ਵੀ ਬੈਠੇ ਹਾਂ ਟੋਲ ਪਲਾਜ਼ੇ ਵੀ ਫ੍ਰੀ ਕੀਤੇ ਹੋਏ ਆ ਫਸਲ ਸਾਡੀ ਰਹਿ ਗਈ 5-7 ਦਿਨਾਂ ਦੀ ਠੀਕ ਹੈ ਜੇ ਅਸੀਂ ਸਰਕਾਰ ਤੇ ਕੋ ਅਜਿਹਾ ਪ੍ਰੈਸ਼ਰ ਨਾ ਪਾਈਏ ਜਿਹਦੇ ਨਾਲ ਸਰਕਾਰ ਮਜਬੂਰ ਹੋਵੇ ਆ ਚੰਗੀ ਗੱਲ ਹੈ ਮੁੱਖ ਮੰਤਰੀ ਸਾਹਿਬ ਦਿੱਲੀ ਚਲੇ ਗਏ ਜੀ ਤੇ ਸਾਡਾ ਚੱਲਦਾ ਨੀ ਅਸੀਂ ਪੰਜਾਬੀਆਂ ਕੋ ਸਹਿਯੋਗ ਮੰਗਦੇ ਹਾਂ ਵੀ ਬੇਸ਼ਕ ਤੁਹਾਨੂੰ ਤਕਲੀਫ ਆ ਰਹੀ ਆ ਜੇ ਤਕਲੀਫ ਸਹਿ ਕੇ ਵੀ ਪੰਜਾਬ ਦਾ ਅਰਥਚਾਰਾ ਬਚਾ ਦਈਏ ਤਾਂ ਅਸੀਂ ਸਰਵਾਈਵ ਕਰ ਜਾਂਗੇ ਤੇ ਸਰਵਾਈਵ ਨਹੀਂ ਹੋ ਪਾਉਣਾ ਕੱਲ ਨੂੰ ਜਿੱਦਣ ਪੰਜਾਬ ਦੀ ਦੁਕਾਨਦਾਰੀ ਤੇ ਹਮਲਾ ਹੋਇਆ ਵੱਡੇ ਮਾਲ ਆਏ ਅਸੀਂ ਉਦੋਂ ਵੀ ਲੜਨ ਨੂੰ ਤਿਆਰ ਹਾਂ ਸਾਨੂੰ ਸਾਰਿਆਂ ਪੰਜਾਬੀਆਂ ਨੂੰ ਇਕੱਠੇ ਹੋ ਕੇ ਅੱਜ ਖੇਤੀ ਦੇ ਜਿਹੜੇ ਦੁੱਖ ਦੇ ਬੱਦਲ ਚੱਲ ਰਹੇ ਆ ਉਹਨਾਂ ਨੂੰ ਛੱਡਣ ਵਾਸਤੇ ਇਕੱਠੇ ਹੋ ਕੇ ਲੜਨਾ ਪਊ ਇਹਦੀ ਮੰਗ ਅਸੀਂ ਇਸ ਕਰਕੇ ਅਸੀਂ ਕਹਿ ਰਹੇ ਹਾਂ ਜਿਹੜੀ ਗੱਲ ਮੈਂ ਸਮਝ ਪਾ ਰਿਹਾ ਤੁਸੀਂ ਕਹਿ ਰਹੇ ਹੋ ਕਿ ਧਰਨਾ ਪੰਜਾਬ ਦੇ ਹੱਕ 'ਚ ਹੈ ਪੰਜਾਬੀਆਂ ਦੇ ਹੱਕ 'ਚ ਹੈ ਇਹ ਕਹਿਣਾ ਚਾਹੁੰਦੇ ਹੋ ਤੁਸੀਂ ਬਿਲਕੁਲ ਹੈ ਵੀ ਆ ਮੰਨ ਲਈਏ ਵੀ ਕਿਸਾਨ ਰੁਲ ਗਿਆ ਨਹੀਂ ਖਰੀਦ ਹੋਈ ਉਹਦੀ ਜਿੰਨੀ ਖਰੀਦ ਸ਼ਕਤੀ ਘੱਟ ਜੂਗੀ ਅੱਜ ਤਿਉਹਾਰ ਨੇ ਤਿਉਹਾਰ ਤੇ ਜਿਹੜੇ ਬਾਜ਼ਾਰਾਂ 'ਚ ਸਮਾਨ ਲੱਗਾ ਖਰੀਦਣਾ ਕਿੰਨੇ ਕਿਸਾਨ ਨੇ ਤੇ ਮਜ਼ਦੂਰ ਨੇ ਜੀ ਉਹ ਖਰੀਦਣ ਰੁਕੂਗੀ ਸਾਡਾ ਅਰਥਚਾਰਾ ਟੁੱਟੂਗਾ ਤਾਂ ਇਸ ਕਰਕੇ ਪੰਜਾਬ ਲਈ ਆ ਦੂਜਾ ਖੇਤੀ ਮੰਡੀ ਤੋੜਨ 'ਚ ਕੇਂਦਰ ਕਾਮਯਾਬ ਹੋ ਜਾਊ